ਮਿੰਟੋ ਜੀ ਬਹੁਤ ਸਾਰੇ ਮਸਲੇ ਹੋ ਜਾਂਦੇ ਕਿ ਅਸੀਂ ਬਾਅਦ ਦੇ ਵਿੱਚ ਸੋਚਦੇ ਆ ਯਾਰ ਕਿ ਜੇ ਪਹਿਲਾਂ ਕਰ ਲੈਂਦੇ ਜਾਂ ਸੰਭਲ ਜਾਂਦੇ ਹੁਣ ਆ ਮਾਮਲਾ ਵੀ ਹੈ ਕਿ 12 ਸਾਲ ਪਹਿਲਾਂ ਜੇ ਅਸੀਂ ਸੰਭਲੇ ਹੁੰਦੇ ਤਾਂ ਕੁਝ ਹੋਰ ਹੋਣੇ ਸੀ ਹਾਲਾਤ ਤਾਂ ਕੀ ਪੂਰਾ ਮਾਮਲਾ ਹੈ ਨਹੀਂ ਦੇਖੋ ਇਹ ਟਰਬਿਊਨ ਵਾਲਿਆਂ ਨੇ ਖਬਰ ਲਾਈ ਅੱਜ ਜੀ ਪੰਜਾਬੀ ਟਰਬਿਊਨ ਚ ਖਬਰ ਲੱਗੀ ਜ਼ੀਰਾ ਮੋਰਚਾ ਨਾਲ ਜੁੜੀ ਖਬਰ ਹੈ ਜੀ ਉਹਦੇ ਚ ਜਿਹੜੀ ਗੱਲ ਉਹਨਾਂ ਨੇ ਕਹੀ ਆ ਤਾਂ ਬੜੀ ਸੁਣਨ ਵਾਲੀ ਗੱਲ ਹੈ ਜੀ ਕਈ ਅਖਬਾਰੀ ਰਿਪੋਰਟਾਂ ਕੁਝ ਮਹਿਨਾਂ ਕਦੇ ਨੌਜਵਾਨ ਇੱਕ ਨੂੰ ਮਿਲਿਆ ਜੀ ਉਹ ਉਹਨੇ ਆਪਣੇ ਆਪ ਹੀ ਗੱਲ ਕਹੀ ਗੱਲ ਕੋਈ ਹੋਰ ਚੱਲ ਰਹੀ ਸੀ ਕਿ ਕਹਿੰਦਾ ਕਿ ਮੈਂ ਖਬਰਾਂ ਤੋਂ ਬਹੁਤ ਦੂਰ ਰਹਿਣਾ ਜੀ ਮੈਂ ਕਹਾਂ ਛੀ ਗੱਲ ਹੈ ਪਰ ਮੈਂ ਕਹਾਂ ਕਿ ਕਈ ਵਾਰ ਬੰਦਾ ਆਪ ਹੀ ਆਪਣੀ ਖਬਰ ਬਣ ਜਾਂਦਾ ਹੈ ਜੀ ਗਲਤ ਇਹ ਹੈ ਨਾ ਕਿ ਖਬਰਾਂ ਤੁਸੀਂ ਇਹ ਦੇਖੋ ਕਿ ਹਾਂ ਉਹ ਜੋ ਉੱਤੇ ਡਿਬੇਟ ਚੱਲਦੇ ਨੇ ਦੋ ਧਰਮਾਂ ਨੂੰ ਫਸਾਦੀ ਬਣਾਉਣ ਵਾਲੇ ਉਹਨਾਂ ਤੋਂ ਗਰੇਸ ਕਰੋ ਰੌਲਾ ਰੱਪਾ ਕਰੋ ਪਰ ਖਬਰਾਂ ਤੋਂ ਦੂਰ ਨਾ ਰਹੋ ਇਹ ਜ਼ਰੂਰੀ ਹੈ ਦੁਨੀਆ ਚੱਲ ਕੀ ਰਿਹਾ ਪਤਾ ਤਾਂ ਹੋਣਾ ਚਾਹੀਦਾ ਬਿਲਕੁਲ ਚੰਗੀਆਂ ਚੀਜ਼ਾਂ ਕੋਈ ਬੰਦਾ ਸਾਡਾ ਪ੍ਰੋਗਰਾਮ ਨਹੀਂ ਲਾਇਕ ਕਰਦਾ ਹੋ ਸਕਦਾ ਪਰ ਇਹ ਦਾ ਮਤਲਬ ਇਹ ਨਹੀਂ ਹੈ ਕਿ ਉਹ ਕੋਈ ਸੁਣੇ ਹੀ ਨਾ ਜਾ ਕੇ ਅੱਛਾ ਪ੍ਰੋਗਰਾਮ ਕੋ ਜਿੱਥੇ ਵੀ ਉਹਨੂੰ ਲੱਗਦਾ ਹੈ ਅੱਛਾ ਸੁਣੇ ਤਾਂ ਇਹ ਕਈ ਵਾਰ ਰੁਚੀਆਂ ਸਾਡੀਆਂ ਹੁੰਦੀਆਂ ਨਹੀਂ ਹੈ ਜੀ ਪਰ ਕੁਝ ਖਬਰਾਂ ਤੁਹਾਨੂੰ ਦੱਸ ਦਿਆਂ ਨੇ ਕਿ ਪਿਛਲੇ ਸਮਿਆਂ ਚ ਕੀ ਹੋਇਆ ਸੀ ਜੀ ਖਬਰਾਂ ਵਰਤਮਾਨ ਦੀ ਸੂਚਨਾ ਹੀ ਨਹੀਂ ਦਿੰਦੀਆਂ ਜੀ ਖਬਰਾਂ ਤੁਹਾਨੂੰ ਇਤਿਹਾਸ ਦੇ ਪੰਨੇ ਪਲਟ ਕੇ ਉਹ ਤਸਵੀਰ ਵੀ ਮੋਰੇ ਰੱਖ ਦਿੰਦੀਆਂ ਨੇ ਅਕੇ ਰੱਖ ਦਿੰਦੀਆਂ ਜੋ ਸ਼ਾਇਦ ਸਾਡੇ ਜ਼ਹਿਨ ਚੋਂ ਵਿਸਰ ਚੁੱਕੀ ਹੁੰਦੀ ਹੈ ਭੁੱਲ ਚੁੱਕੀ ਹੁੰਦੀ ਹੈ ਜੀ ਅਸੀਂ ਉਹਨੂੰ ਛੱਡ ਚੁੱਕੇ ਹੁੰਨੇ ਵਿਸਾਰ ਚੁੱਕੇ ਹੁੰਨੇ ਆ ਇਹਨਾਂ ਨੇ ਖਾਕਾ ਖਿੱਚਿਆ ਜਿਹੜਾ ਸਾਰਾ ਖਬਰ ਦੇ ਵਿੱਚ ਕਿ ਕਿਸ ਤਰ੍ਹਾਂ 2007-8 ਦੇ ਵਿੱਚ ਇੱਕ ਮੁੱਦਾ ਉੱਠਦਾ ਜੀ ਉਸ ਟਾਈਮ ਸ਼ਾਇਦ ਵਿਧਾਇਕ ਸਨ ਹਰਮਿਤ ਸਿੰਘ ਜਿਨ੍ਹਾਂ ਨੇ ਮੁੱਦਾ ਚੁੱਕਿਆ ਜੀ ਤਾਂ ਉਸ ਤੋਂ ਬਾਅਦ ਹਿਸਾਬ ਲਾ ਲੋ ਕਿ ਇੱਕ ਕਮੇਟੀ ਬਣੀ ਇਸ ਮੁੱਦੇ ਤੇ ਅੱਛਾ ਜੀ ਕਮੇਟੀ ਨੇ ਸ਼ਰਾਬ ਫੈਕਟਰੀਆਂ ਦੀ ਜਾ ਕੇ ਪੜਤਾਲ ਕੀਤੀ ਜੀ ਉਹਦੇ ਚ ਜ਼ੀਰੇ ਵਾਲਾ ਵੀ ਮਸਲਾ ਹੈਗਾ ਜੀ ਜ਼ੀਰੇ ਦੇ ਲਾਗੇ ਵਾਸੀ ਵਾਲੇ ਲੋਕਾਂ ਨੇ ਦੱਸਿਆ ਕਿ ਕਿਵੇਂ ਮੱਖੀ ਮਛਰ ਦੀ ਪ੍ਰੋਬਲਮ ਵਧੀ ਹੈ ਕਿਵੇਂ ਪਾਣੀ ਜਿਹੜਾ ਧਰਤੀ ਤੇ ਛੱਡਿਆ ਜਾ ਰਿਹਾ ਦੂਸ਼ਿਤ ਉਹਨੂੰ ਟ੍ਰੀਟ ਕਰਨ ਦੀ ਜਗ੍ਹਾ ਤੇ ਕ੍ਰਿਸਤੋਂ ਇਲਾਵਾ ਹੋਰ ਫੈਕਟਰੀਆਂ ਦਾ ਵੀ ਸਿੱਖ ਰਿਆ ਹੁਣ ਜੀਰੇ ਵਾਲੀ ਫੈਕਟਰੀ ਪਤਾ ਨਹੀਂ ਇਹ ਵਾਲੀ ਆ ਕਿ ਕੋਈ ਹੋਰ ਆ ਪਰ ਸਮੱਸਿਆ ਤਾਂ ਉਸ ਟਾਈਮ ਵੀ ਜਿਉਂਦੀ ਤਉ ਸੀਗੀ ਨਾ ਜੀ ਔਰ ਐਸ ਵਾਰੀ ਵੀ ਮੈਂ ਦੇਖ ਰਿਆ ਸੀਗਾ ਜੀਰੇ ਮੋਰਚੇ ਚੋਂ ਇੱਕ ਵਿਅਕਤੀ ਬੋਲ ਰਹੇ ਸਨ ਤ ਉਹ ਦੱਸ ਰਹੇ ਸੀਗੇ ਕਿ ਇੱਥੇ ਇੱਕ ਦੋ ਭਰਾਵਾਂ ਦੀ ਜ਼ਮੀਨ ਹੁੰਦੀ ਸੀ ਜੀ ਬੜੀਆਂ ਆਲੀਸ਼ਾਨ ਕੋਠੀਆਂ ਹੁੰਦੀਆਂ ਸਨ ਦੋਨਾਂ ਦੀਆਂ ਤੇ ਐਨੀ ਮੱਖੀ ਆਉਂਦੀ ਸੀ ਐਨੀ ਮੱਖੀ ਆਉਂਦੀ ਸੀ ਜੀ ਮਾਨ ਸਾਹਿਬ ਉਹ ਕਹਿੰਦੇ ਕਿ ਰੋਟੀ ਖਾਣ ਲੱਗਿਓ ਮਛਰਦਾਨੀ ਤਾਨਦਾ ਸੀ ਪਰਿਵਾਰ ਜੀ ਮਛਰਦਾਨੀ ਤਾਣ ਕੇ ਮਛਰਦਾਨੀ ਚ ਵੜ ਕੇ ਉਹ ਟੁਕ ਖੰਦੇ ਸੀਗੇ ਜੀ ਅਖੀਰ ਕੀ ਹੋਇਆ ਕਿ ਉਹ ਇੰਨੇ ਮਜਬੂਰ ਹੋ ਗਏ ਕਿ ਦੋਵੇਂ ਭਰਾ ਉਥੋਂ ਜ਼ਮੀਨ ਵੇਚ ਕੇ ਤੇ ਚਲੇ ਗਏ ਹੁਣ ਦੋ ਗਏ ਕਿ ਤਿੰਨ ਗਏ ਚਾਰ ਗਏ ਤੁਹਾਨੂੰ ਕਿਹਾ ਕਿ ਕੋਠੀਆਂ ਸੀਗੀਆਂ ਇੱਥੇ ਕਿੰਨੇ ਜੀ ਉਥੋਂ ਚਲੇ ਗਏ ਹੋਰ ਬਾਅਦ ਚ ਕਿੰਨੇ ਚਲੇ ਗਏ ਪਤਾ ਨਹੀਂ ਤੋਂ ਮਤਲਬ ਕਿ ਉਸ ਟਾਈਮ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਰਿਪੋਰਟ ਤਿਆਰ ਕਰਕੇ ਤੇ ਉਹਨਾਂ ਨੇ ਸਦਨ ਨੂੰ ਦੇ ਦਿੱਤੀ ਕਿ ਦੇਖੋ ਮਾਮਲਾ ਬੜਾ ਗੰਭੀਰ ਹੈ ਵੀ ਵਾਤਾਵਰਨ ਨੂੰ ਇਹ ਫੈਕਟਰੀਆਂ ਦੂਸ਼ਿਤ ਕਰ ਰਹੀਆਂ ਨੇ ਔਰ ਨਾਲ ਉਹਦੇ ਵਿੱਚ ਉਹਨਾਂ ਨੇ ਖੁਲਾਸਾ ਕਰ ਦਿੱਤਾ ਕਿ ਦਰ ਅਸਲ ਜਿਹੜੇ ਫੈਕਟਰੀਆਂ ਵਾਲੇ ਲੋਕ ਨੇ ਇਹਨਾਂ ਦੇ ਹੱਥ ਰਲੇ ਹੋਏ ਆ ਜਿਵੇਂ ਆਪਣਾ ਪ੍ਰਦੂਸ਼ਨ ਕੰਟਰੋਲ ਬੋਰਡ ਆ ਜੇ ਕੁਝ ਹੋਰ ਇਸ ਤਰ੍ਹਾਂ ਦੀਆਂ ਅਥਾਰਟੀਆਂ ਨੇ ਉਹਨਾਂ ਨੇ ਕਿਹਾ ਕਿ ਆਪਸ ਦੇ ਵਿੱਚ ਕਿਉਂ ਖਿਚੜੀ ਨਹੀਂ ਐਡੀ ਵੱਡੀ ਰਿਪੋਰਟ ਜਿਹਦਾ 12 ਸਾਲ ਪਹਿਲਾਂ ਹੀ ਪਤਾ ਲੱਗ ਗਿਆ ਕਿ ਭਾਈ ਇਹ ਸ਼ਰਾਬ ਵਾਲੀਆਂ ਫੈਕਟਰੀਆਂ ਪਾਣੀ ਦੂਸ਼ਿਤ ਕਰ ਰਹੀਆਂ ਉਹ ਫੈਕਟਰੀਆਂ ਘਟਣੀਆਂ ਤਾਂ ਕੀ ਸੀ ਬੰਦ ਕੀ ਹੋਣੀਆਂ ਸੀ ਜਾਂ ਪ੍ਰਦੂਸ਼ਣ ਕੀ ਬੰਦ ਹੋਣਾ ਸੀ ਉਲਟਾ ਉਹ ਗਿਣਤੀ ਵਧੀ ਹੈ ਫੈਕਟਰੀਆਂ ਦੀ ਜੀ ਤੇ ਇਹਦਾ ਮਤਲਬ ਇਹ ਹੈ ਕਿ ਪ੍ਰਦੂਸ਼ਣ ਵੀ ਵਧਿਆ ਹੋਏਗਾ ਬਿਲਕੁਲ ਵਧਿਆ ਹੋਏਗਾ ਜੀ ਆਬਵੀਅਸਲੀ ਗੱਲ ਹੈ ਨਾ ਜੀ ਜੀ ਕਿਉਂਕਿ ਉਹ ਤਾਂ ਪ੍ਰਦੂਸ਼ਣ ਵੀ ਵਧਿਆ ਹੋਏਗਾ ਕਿਉਂਕਿ ਉਸ ਤੋਂ ਬਾਅਦ ਤੁਸੀਂ ਕਿਹੜਾ ਕੋਈ ਐਕਸ਼ਨ ਲੈ ਲਿਆ ਜੀ ਅੱਛਾ ਕਮਾਲ ਦੀ ਗੱਲ ਇਹ ਹੈ ਕਿ ਹੁਣ ਤੁਸੀਂ ਵੇਖੋਗੇ ਤੇ ਹਾਲੇ ਇੱਕ ਦੋ ਫੈਕਟਰੀਆਂ ਪਾਈਪਲਾਈਨ ਚ ਨੇ ਤੁਹਾਨੂੰ ਯਾਦ ਹੈ ਨਾ ਆਪਣੇ ਇਥੇ ਧਰਨਾ ਲੱਗਦਾ ਰਿਹਾ ਫਾਜ਼ਿਲਕਾ ਜ਼ਿਲ੍ਹੇ ਚ ਜੀ ਰਾਣੇ ਨੂੰ ਮਿਲ ਗਈ ਜੀ ਫੈਕਟਰੀ ਮਿਲ ਗਈ ਸੁਨੀਲ ਜਾਖੜ ਵਿਰੋਧ ਦੇ ਵਿੱਚ ਵੀ ਸੀ ਉਸ ਟਾਈਮ ਦੋਨੇ ਹੀ ਕਾਂਗਰਸ ਦੇ ਵਿੱਚ ਸਨ ਯਾਦ ਹੋਣਾ ਤੁਹਾਨੂੰ ਜੀ ਤੇ ਬਹੁਤ ਸਾਰੇ ਪਿੰਡ ਵਾਸੀ ਬਹੁਤ ਦਿਨਾਂ ਤੱਕ ਧਰਨੇ ਤੇ ਬੈਠੇ ਰਹੇ ਸੀ ਉੱਥੇ ਜੀ ਹਾਲਾਂਕਿ ਅਸੀਂ ਕਹਿ ਦਿੰਨੇ ਫਾਜਲਕਾ ਵਾਲੇ ਬੜੇ ਪਛੜੇ ਆ ਜੀ ਫਾਜਲਕਾ ਵਾਲੇ ਮੈਂ ਤਾਂ ਕਹਿੰਦਾ ਜਾਗਰੂਕ ਸੀਗੇ ਜੀ ਆ ਜਿਹੜੀਆਂ ਗੱਲਾਂ ਅੱਜ ਅਸੀਂ ਕਰ ਰਹੇ ਆ ਉਹਨਾਂ ਨੂੰ ਪਹਿਲਾਂ ਹੀ ਸਮਝ ਪੈ ਗਈਆਂ ਉਹ ਉੱਥੇ ਧਰਨੇ ਤੇ ਬਹਿ ਗਏ ਸੀਗੇ ਜੀ ਪਰ ਉਹ ਮਾਮਲਾ ਹਾਲੇ ਵੀ ਪਾਈਪਲਾਈਨ ਚ ਆ ਜੀ ਕਿਸੇ ਵੇਲੇ ਵੀ ਉਹ ਫੈਕਟਰੀ ਲੱਗ ਸਕਦੀ ਆ ਤਾਂ ਉਹ ਧਰਨਾ ਖਾਸੇ ਦਿਨ ਚੱਲਿਆ ਸੀਗਾ ਜੇ ਤੁਹਾਨੂੰ ਯਾਦ ਹੋਵੇ ਤੇ ਬਾਜ਼ਲ ਕਦੇ ਪਿੰਡ ਦਾ ਮੈਨੂੰ ਨਾਮ ਵਿਸਰ ਗਿਆ ਤੁਹਾਨੂੰ ਕੋਈ ਕਮੈਂਟ ਚ ਦੱਸ ਦੇਵੇਗਾ ਜੀ ਤਾਂ ਖੈਰ ਇਹ ਸਾਰਾ ਕੁਝ ਜਿਹੜਾ ਹੈ ਉਹ ਮਤਲਬ ਕਿ ਇਸ ਟਾਈਮ ਵਧਮ ਹੈ ਘਟਵਾ ਨਹੀਂ ਹੈਗਾ ਜੀ ਜਦੋਂ ਦੀ ਆਪਾਂ ਗੱਲ ਕਰ ਰਹੇ ਆ ਤਾਂ ਪਰ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਜੀ ਮਤਲਬ ਸਰਕਾਰ ਕੋਈ ਵੀ ਹੋਵੇ ਜੀ ਅਕਾਲੀਆਂ ਤੋਂ ਬਾਅਦ ਕਾਂਗਰਸੀ ਆ ਗਿਆ ਕਾਂਗਰਸੀਆਂ ਤੋਂ ਬਾਅਦ ਆਪ ਵਾਲੇ ਆ ਗਏ ਜੀ ਹੋ ਸਕਦਾ ਕੋਈ ਕੱਲ ਨੂੰ ਹੋਰ ਆ ਜਾਵੇ ਚੌਥੀ ਤੇ ਰਾਜ ਜਾਵੇ ਜੀ ਪਰ ਕਿਸੇ ਨੇ ਵੀ ਉਸ ਅਹਿਮ ਮੁੱਦੇ ਤੇ ਜੀ ਕੰਨ ਹੀ ਨਹੀਂ ਧਰਿਆ ਜਿਹੜਾ ਮੁੱਦਾ ਉਹਨਾਂ ਦੀ ਜ਼ਿੰਦਗੀ ਨਾਲ ਵੀ ਜੁੜਿਆ ਹੈ ਜੀ ਵੀ ਰਹਿ ਤਾਂ ਤੁਸੀਂ ਵੀ ਇੱਥੇ ਰਹੇ ਹੋ ਨਾ ਜੀ ਫਰਕ ਸਿਰਫ ਇਹ ਹੈ ਕਿ ਤੁਹਾਡੇ ਕੋਲ ਬੋਤਲਬੰਦ ਪਾਣੀ ਹੈ ਜੀ ਪਰ ਬੋਤਲਬੰਦ ਪਾਣੀ ਤੇ ਹੈਗਾ ਹਵਾ ਕਿੱਥੋਂ ਲੈ ਕੇ ਆਓਗੇ ਜੀ 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 ਹਵਾ ਤੇ ਤੁਹਾਡੇ ਵੀ ਫਿਫੜਿਆਂ 'ਚ ਉਹੀ ਜਾਣੀ ਹੈ ਜੋ ਸਾਡੇ 'ਚ ਹੈ ਜੀ ਨਾ ਅਸੀਂ ਹਵਾ ਆਪਦੀ ਸੁਧਾਰ ਸਕੇ ਨਾ ਅਸੀਂ ਪਾਣੀ ਸੁਧਾਰ ਸਕੇ ਜਿਹੜਾ ਕਰਕ ਕਰਵਾ ਬੈਠੇ ਜੀ ਤਾਂ ਤੁਸੀਂ ਦੇਖ ਲਓ ਕਿ ਇੱਕ ਸਰਕਾਰ ਦਾ ਨਹੀਂ ਆਪਾਂ ਕਹਿ ਸਕਦੇ ਜੀ ਜਿੰਨੀਆਂ ਸਰਕਾਰਾਂ ਰਹੀਆਂ ਕਿਸੇ ਨੇ ਸਹੀ ਸਮੇਂ ਤੇ ਐਕਸ਼ਨ ਹੀ ਨਹੀਂ ਲਿਆ ਇਹ ਤਾਂ ਮੱਤੇਵਾੜਾ ਵਾਲਾ ਜਿਹੜਾ ਮੋਰਚਾ ਲੱਗਾ ਸੀਗਾ ਨਾ ਉਹਨੇ ਪੰਜਾਬੀਆਂ ਨੂੰ ਥੋੜਾ ਜਿਹਾ 모ੜਿਆ ਇਸ ਪਾਸੇ ਜੀ ਕਿਸਾਨੀ ਅੰਦੋਲਨ ਚ ਮੱਤੇਵਾੜਾ ਮੋਰਚਾ ਨਿਕਲਦਾ ਇੱਕ ਸੋਚ ਨਿਕਲਦੀ ਹੈ ਜੀ ਤਾਂ ਮੱਤੇਵਾੜਾ ਚੋਂ ਇੱਕ ਹੋਰ ਮਤਲਬ ਕਿ ਕਹਿ ਲਈਏ ਕਿ ਇੱਕ ਹੋਰ ਜਾਗਰਤੀ ਨਿਕਲਦੀ ਹੈ ਕਿ ਇਹ ਵੀ ਮੁੱਦਾ ਬਹੁਤ ਜ਼ਰੂਰੀ ਹੈ ਯਾਰ ਜੀ ਅਸੀਂ ਵਟਾਂ ਲਈ ਲੜ ਰਹੇ ਹਾਂ ਅਸੀਂ ਆਪਣੀਆਂ ਹੋਰ ਜ਼ਰੂਰੀ ਹੱਕੀ ਮੰਗਾਂ ਵਾਸਤੇ ਲੜ ਰਹੇ ਹਾਂ ਪਰ ਜੋ ਸਾਡੀ ਜਿਉਣ ਦੀ ਬੁਨਿਆਦ ਹੈ ਉਹਦੇ ਤੇ ਅਸੀਂ ਕਦੇ ਸੋਚਿਆ ਹੀ ਨਹੀਂ ਹੈ ਜੀ ਤਾਂ ਇਹ ਹੁਣ ਚੰਗੀ ਗੱਲ ਹੈ ਕਿ ਵੇਖੋ ਅੱਜ ਆਪਾਂ ਕਹਿ ਸਕਦੇ ਆਂ ਕੁਝ ਲੋਕ ਤਰਕ ਦਿੰਦੇ ਹੋਣਗੇ ਕਿ ਇਹਨਾਂ ਦਾ ਤਾਂ ਕੰਮ ਹੀ ਪਿੰਡੂ ਵਾਲਿਆਂ ਪਿੰਡ ਪਿੰਡਾਂ ਵਾਲਿਆਂ ਦੇ ਪਿੰਡੂਆਂ ਦਾ ਕੰਮ ਹੀ ਇਹ ਆ ਕਿ ਇਹਨਾਂ ਸਰਕਾਰ ਨਾਲ ਅੱਢ-ਆਲਾ ਰੱਖਣਾ ਜੀ ਕੁਝ ਯੂਨੀਅਨਾਂ ਦਾ ਕੰਮ ਇਹ ਹੋ ਆ ਕਿ ਇਹਨਾਂ ਨੇ ਸਰਕਾਰ ਦੇ ਨਾਲ ਸੱਤ ਕੁੰਜਾ ਕਰਕੇ ਚੱਲਣੀ ਆਂ ਬਿੱਤਰ ਨਾਲ ਗੱਡੀ ਰੱਖ ਪਰ ਪਰ ਕੀ ਇਹ ਰਿਪੋਰਟ ਜਿਹੜੀ ਇਹਨੂੰ ਛੱਡਾ ਦਾਂਗੇ ਅਸੀਂ ਛੱਡਾ ਦਾਂਗੇ ਅਸੀਂ ਜਿਹੜੀ 12 ਸਾਲ ਪਹਿਲਾਂ ਵਿਧਾਨ ਸਭਾ ਦੀ ਕਮੇਟੀ ਨੇ ਬਣਾਈ ਆ ਔਰ ਜਿਸ ਕਮੇਟੀ ਨੇ ਬਣਾਈ ਉਹਦੇ ਮੁਖੀ ਸਨ ਨਕਾਈ ਸਾਹਿਬ ਜੀ ਮਾਨ ਸਾਹਿਬਲੇ ਜਗਦੀਪ ਸਿੰਘ ਨਕਾਈ ਜੀ ਜੀ ਤਾਂ ਉਹ ਕਹਿੰਦੇ ਆ ਆਪ ਕਹਿੰਦੇ ਨੇ ਕਿ ਜੇ ਉਦੋਂ ਸਮੇਂ ਸਿਰ ਐਕਸ਼ਨ ਲਿਆ ਹੁੰਦਾ ਤੇ ਅੱਜ ਆ ਨੌਬਤ ਨਾ ਆਉਦੀ ਜੀ ਤਾਂ ਭਾਈ ਬਿਲਕੁਲ ਜੇ ਅਸੀਂ 12 ਸਾਲ ਪਹਿਲਾਂ ਸੰਭਲੇ ਹੁੰਦੇ ਜੀ ਤੇ ਮਾਨ ਸਾਹਿਬ ਅਸੀਂ ਆ ਦਿਨ ਨਾ ਵੇਖਦੇ ਜੀ ਤੇ ਮੈਨੂੰ ਲੱਗਦਾ ਕਿ ਹਾਲੇ ਵੀ ਅਸੀਂ ਕੁਝ ਨਹੀਂ ਕਰਨਾ ਜੀ ਸਰਕਾਰ ਆ ਗਲੋਂ ਲਾ ਦੇਗੀ ਕਲਾਮਾ ਜੀ ਤੇ ਚੁੱਪ ਕਰਕੇ ਫਿਰ ਬਹਿ ਜਾਗੀ